ਅਸਲਾਮ ਅਲੈਕੁਮ ਸਜਣਾ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਹੈ ਜੀ ਜੁਮਾਤੁਲ ਮੁਬਾਰਕ ਦਾ, ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਵਪਾਰੀ ਤੇ ਆਪਣੇ ਕੰਮ ਦੇ ਖਿਲਾੜੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਭਾਈ ਇਮਰਾਨ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਟਾਪ ਕਲਾਸ ਖੂਬਸੂਰਤ ਵੱਡੀ ਜਸਾਮਤ ਵਾਲੇ ਪਹਿਲਵਾਨ ਜਾਨਵਰ ਲੈ ਕੇ ਆਏ ਨੇ। ਅੱਜ ਦੀ ਇਸ ਵੀਡੀਓ 'ਚ ਟੋਟਲ 6 ਮੱਝਾਂ, ਇਸ ਤੋਂ ਇਲਾਵਾ 2 ਗਾਵਾਂ ਵੀ ਸ਼ਾਮਿਲ ਨੇ। ਤੇ ਮਾਸ਼ਾਅੱਲਾ ਜੀ 16 ਕਿਲੋ ਦੁੱਧ ਵਾਲੀ ਝੋਟੀ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਇਮਰਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਭਾਈ ਜਾਨ, ਠੀਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ ਹੈ ਜੀ, ਜ਼ਿਆਦਾ ਕਰਮ ਹੈ। ਭਾਈ ਇਮਰਾਨ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ ਅੱਲਾਹ ਪਾਕ ਦੀ, ਜ਼ਿਆਦਾ ਬੜਾ ਸ਼ੁਕਰ ਹੈ ਜੀ। ਖੜਾਕ ਤੇ ਅੱਗੇ ਵੀ ਕਰਦੇ ਹੋ, ਲੇਕਿਨ ਇਸ ਦਫਾ ਵੱਡਾ ਖੜਾਕ ਕੀਤਾ ਜੇ ਮੰਗਲ ਵਾਲੇ ਦਿਨ ਵੀਡੀਓ ਅਪਲੋਡ ਹੋਈ ਸੀ ਮਾਸ਼ਾਅੱਲਾ ਜੀ, ਤੇ ਪਹਿਲਵਾਨ 2 ਝੋਟੀਆਂ ਹਨ ਤੇ ਦੋਸਤਾਂ ਨੇ ਮਾਸ਼ਾਅੱਲਾ ਜੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ। ਸਾਰਾ ਮਾਲ ਸੇਲ ਕੀਤਾ ਜੇ, ਤੇ ਅੱਜ ਮਾਸ਼ਾਅੱਲਾ ਜੀ ਇਹ ਜੁਮਾਤ ਨੂੰ ਮੁਬਾਰਕ, ਯਾਨੀ ਕਿ 2 ਦਿਨਾਂ ਬਾਅਦ ਦੁਬਾਰਾ ਵੀਡੀਓ ਆ ਗਈ ਹੈ। ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ ਦੋਸਤਾਂ ਨੂੰ, ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਜਨਾਬ ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸੂਰ, ਖਾਸ ਪਿੰਡ ਸ਼ੋਹ ਪਿੰਡ ਹੈ ਸਾਡਾ ਭਾਜੀ। ਤੇ ਜਿਹੜੀ ਨਾ ਜੁਮੇ ਵਾਲੇ ਦਿਨ ਵੀਡੀਓ ਬਣਾਉਣ ਦਾ ਜਿਹੜੀ ਪ੍ਰੋਗਰਾਮ ਬਣਿਆ ਨਾ, ਇਹਦੀ ਤਫਸੀਲ ਬਾਅਦ 'ਚ ਦੱਸਾਂਗੇ, ਵੀਡੀਓ ਤੋਂ ਬਾਅਦ 'ਚ। ਠੀਕ ਹੈ, ਦੱਸਾਂਗੇ ਜ਼ਰੂਰ ਭਾਜੀ, ਦੱਸਾਂਗੇ ਇਨਸ਼ਾਅੱਲਾ। ਅੱਲਾ ਖੈਰ ਕਰੇ ਤੇ ਸ਼ੁਕਰਾਈਏ ਇਨਸ਼ਾਅੱਲਾ। ਖੜਾਕ ਹੋਏ ਦਾ ਖੜਾਕ ਦਾ ਉਮੀਦ ਹੈ ਕਿਤੇ ਚੰਗੀ ਜਗ੍ਹਾ ਹੱਥ ਪੈ ਗਿਆ ਤੁਹਾਡਾ, ਹੈ ਜਿਹੜੇ ਆ ਵੱਡੇ ਵੱਡੇ ਤੋਹਫੇ ਕੱਢ ਕੇ ਲਿਆਉਂਦੇ ਹੋ ਪੇ, ਅੱਲਾ ਦੀ ਜ਼ਾਤ ਹੀ ਦੇਣ ਵਾਲੀ ਭਾਈ ਜਾਨ ਜੀ। ਭਾਈ ਨਵੀ ਸਾਹਿਬ ਲੈ ਕੇ ਆਓ, ਮਾਸ਼ਾਅੱਲਾ ਜੀ ਟੋਟਲ 8 ਜਾਨਵਰ ਨੇ, ਲੈ ਆਓ ਜੀ ਨੰਬਰ 1 ਵਾਲੀ ਆਓ ਭਾਈ ਇਮਰਾਨ ਸਾਹਿਬ। ਮਾਸ਼ਾਅੱਲਾ ਜੀ ਨੰਬਰ 1 ਤੇ ਆ ਗਈ, ਚਿਹਰਾ ਦੋਸਤਾਂ ਵੇਖ ਲੈਣਾ ਜੀ। ਭਾਈ ਇਮਰਾਨ ਸਾਹਿਬ ਇਹ ਸੂਈ ਹੈ ਜੀ ਸਾਹਿਬ, ਇਹ ਰਾਤੀ ਸੂਈ ਜੇ, ਰਾਤੀ ਸੂਈ ਹੈ, ਤਾਜ਼ੀ ਸੂਈ ਹੈ ਮਾਸ਼ਾਅੱਲਾ ਜੀ। ਕਿੰਨੀਆਂ ਚਵਾਈਆਂ ਹੋਈਆਂ ਨੇ ਤੇ ਕਿੰਨਾ ਕੋਈ ਬੋਲਾ ਕੱਢਿਆ? ਮੁਕੰਮਲ ਚਵਾਈ ਇਹਦੀ ਸੁਬਾ ਕੀਤੀ ਗਈ ਹੈ, ਇੱਕ ਇਹਦੀ ਚਵਾਈ ਹੋਈ ਹੈ, ਕੋਈ ਚਵਾਈ ਮੁਕੰਮਲ ਚਵਾਈ ਕਰ ਦਿੱਤੀ ਦੀ ਹੈ। ਪੁੱਠਾ ਵੀ ਦੋਸਤਾਂ ਵੇਖ ਲੈਣਾ, ਰਾਤ ਦੀ ਸੂਈ ਹੈ, ਇੱਕ ਇਹਦੀ ਚਵਾਈ ਹੋਈ ਹੈ, ਪੁੜੇ ਵੀ ਹਲੇ ਨਹੀਂ ਚੁੱਕਣੇ ਨੇ ਮਾਸ਼ਾਅੱਲਾ ਜੀ। ਸੁਆ ਕਿੰਨਾ ਹੈ ਭਾਈ ਇਮਰਾਨ ਸਾਹਿਬ? ਸੁਆ ਇਹਦਾ ਦੂਸਰਾ ਭਾਈ ਖਰਾਬ, ਸੁਆ ਦੂਸਰਾ, ਬਟਨ ਵੀ ਦੋਸਤਾਂ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ। ਭਾਈ ਇਮਰਾਨ ਸਾਹਿਬ ਪਹਿਲੀ ਚਵਾਈ 'ਚ ਕਿੰਨਾ ਬੋਲਾ ਕੱਢਿਆ? ਭਾਈ ਫਰਾਜ਼ ਇਹਦਾ ਦੁੱਧ ਦਾ ਤਕਰੀਬਨ ਨੰਬਰ ਦੱਸ ਦਿਓ ਜੋ ਆਇਆ ਜੀ। ਅੱਛਾ ਭਾਈ ਜਰਾ ਸਾਹਮਣੇ ਕਰੋ, 9-10 ਕਿਲੋ ਇਹ ਪਹਿਲੀ ਚਵਾਈ 'ਚ ਜੀ ਜੀ, ਜਾ ਕੀ ਪਿੱਛੇ ਦੇ ਕੱਟੀ ਜੇ, ਪਿੱਛੇ ਦੇ ਕੱਟੀ, ਚੰਗੀ ਸਿਹਤਮੰਦ ਕੱਟੀ ਹੈ ਮਾਸ਼ਾਅੱਲਾ ਜੀ, ਮੁਕੰਮਲ ਸਾਫ਼ ਕਰ ਛੜੀ ਇੱਕ ਵਾਰੀ ਨਾ, ਮੁਕੰਮਲ ਸਾਫ਼ ਕਰ ਛੜੀ। ਠੀਕ ਹੈ, ਲਓ ਦੋਸਤੋ ਥਾਣਾ ਦੀ ਵੰਡ ਵੀ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ। ਸੋਹਣੇ ਮੁੱਠੀ ਥਾਨ ਨੇ, ਧੁਨੀ ਦਾ ਵੀ ਨਿਸ਼ਾਨ ਨੇ, ਜਸਾਮਤ ਵੱਡੀ ਹੈ, ਪਿੱਛੇ ਦੇ ਕੱਟੀ, ਕੋਈ 9 ਕਿਲੋ ਬੋਲਾ ਪਹਿਲੀ ਚਵਾਈ 'ਚ। ਲਓ ਦੋਸਤੋ ਜਾ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ, ਐਂ ਚੈੱਕ ਕਰੋ ਜੀ, ਕੱਟੀ ਵੀ ਸਿਹਤਮੰਦ ਹੈ। ਠੀਕ ਹੈ ਭੈਰੇ ਬੈਠੋ ਜੀ, ਛੋਟੀ ਨੰਬਰ 1 ਸੁਆ, ਦੂਸਰਾ ਇੱਕ ਇਹਦੀ ਚਵਾਈ ਹੋਈ ਹੈ, ਰਾਤ ਦੀ ਸੂਈ ਹੈ, ਥਾਣਾ ਦੀ ਵੰਡ ਬੜੀ ਸੋਹਣੀ ਹੈ ਮਾਸ਼ਾਅੱਲਾ ਜੀ। ਲਬਾਸ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਹਾਂ, ਲੋ ਦੋਸਤਾਂ ਚੈੱਕ ਕਰੋ ਜੀ, ਬਟਨ ਵੀ ਨਜ਼ਰ ਆ ਰਹੇ ਨੇ, ਦੋਸਤਾਂ ਵੀ ਚੈੱਕ ਕਰਨੇ ਨੇ, ਤੇ ਪੁੱਠਾ ਵੀ ਦੋਸਤਾਂ ਚੈੱਕ ਕਰਾਉਂਦੇ ਆ ਮਾਸ਼ਾਅੱਲਾ। ਨੰਬਰ 1 ਦੇ ਆ ਗਈ ਜੀ ਭਾਈ ਇਮਰਾਨ ਸਾਹਿਬ, ਕਰਨਾ ਖੜਾ ਕੀ ਜੇ, ਆਇਓ ਝੋਟੀ ਨੰਬਰ 1 ਦਾ ਰੇਟ ਲਾਓ ਜੀ। ਭਾਈ ਫਰਾਜ਼ ਝੋਟੀ ਦਾ ਨਾ ਅਸਲ ਤੇ ਵੀਡੀਓ 'ਚ ਪਾਉਣ ਦਾ ਪ੍ਰੋਗਰਾਮ ਕੋਈ ਨਹੀਂ ਸਾਡਾ। ਅੱਛਾ ਠੀਕ ਹੈ, ਤਾਂ ਫਿਰ ਸੁਬਹ ਮੁਕੰਮਲ ਸਫਾਈ ਇਹਦੀ ਸਾਫ਼ ਕਰ ਛੜੀ ਸੀ ਬਿਲਕੁਲ ਨਹੀਂ, ਠੀਕ ਹੈ, ਨਹੀਂ ਤਾਂ ਬੜੀ ਫੱਬੀ ਸੀ ਝੋਟੀ। ਅਤੇ ਰੇਟ ਭਾਈ ਫਰਾਜ਼ ਜਿਹੜਾ ਜਿਹੜੇ ਭਰਾ ਨੂੰ ਪਸੰਦ ਆਈ ਕਿ ਫਾਈਨਲ ਫਾਈਨਲ 3,45,000 ਰੁਪਏ ਦੀ, 3,45,000 ਰੁਪਏ ਦੀ ਹਾਂਜੀ ਹੋਣੀ ਜੀ। ਠੀਕ ਹੈ, ਨੰਬਰ 1  'ਤੇ ਚੈੱਕ ਕਰਾਈਏ ਕੀਮਤ, 3,45,000। ਅੱਗੇ ਭਾਈ ਲਿਆਓ ਜੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 'ਤੇ, ਕਿਨਵਾ ਸੂਆ ਦਾ ਪੱਕੀ ਦੂਜਾ ਲਾਰ ਭਾਈ, ਇੱਥੇ ਸੂਈ ਹੈ ਵੀ, ਹਾਂਜੀ ਸੂਈ। ਲੋਏ ਦੋਸਤੋ ਹਾਈਟ ਵੇਖ ਲੈਣੀ ਮਾਸ਼ਾਅੱਲਾ ਜੀ, ਹੈ ਵੀ ਸਿਹਤਮੰਦ, ਇਹਦੇ ਪਿੱਛੇ 5 ਕਲਿਆਣ ਬੂਰੇ ਰੰਗ ਦੀ ਕੱਟੀ,
ਪੰਜ ਕਲਿਆਣ ਕੱਟੀ ਤੋਂ ਵੀ ਬੁਰੇ ਰੰਗ 'ਚ ਮਾਸ਼ਾਅੱਲਾ ਜੀ। ਸੁਬਾਹ ਦੂਸਰਾ ਲਿਬਾਸ ਦੋਸਤਾਂ ਚੈੱਕ ਕਰਨਾ ਮਾਸ਼ਾਅੱਲਾ ਜੀ, ਥਣ ਸੋਹਣੇ ਲੱਗੇ ਨੇ। ਪੁੱਛਾ ਵੀ ਦੋਸਤਾਂ ਵੇਖਣਾ ਹੈ ਵੀ ਸਿਹਤਮੰਦ ਦੇ। ਬਾਈ ਇਮਰਾਨ ਸਾਹਿਬ ਕਿਦਣ ਦੀ ਸੂਈ ਆ? ਠੀਕ, 5-6 ਦਿਨ ਹੋ ਗਏ ਨੇ ਖਿਲਾਰੇ। ਭਾਈ ਨਵੀਂ ਸਾਹਿਬ ਹੱਥੀ ਖਿਲਾਰੇ ਉਧਰ ਜਿਹੜੀ ਚੀਜ਼ ਪਿੱਛੇ ਵੀ ਦੋਸਤਾਂ ਚੈੱਕ ਕਰਨੀ ਬੁਰਾ ਰੰਗ ਹੈ ਪੰਜ ਕਲਿਆਣ ਕੱਟੀਏ ਚਵੇਂ ਪੈਰ ਤੋਂ ਝੇਨੇ ਮਾਸ਼ਾਅੱਲਾ ਜੀ ਦੋਸਤਾਂ ਚੈੱਕ ਕਰਨਾ ਹੈ। 5-6 ਦਿਨ ਹੋ ਗਏ ਨੇ ਸੁਬਾਹ ਦੂਸਰਾ ਸੂਈ ਹੈ, ਪਿੱਛੇ ਦੇ 5 ਕਲਿਆਣ ਮਾਸ਼ਾਅੱਲਾ ਜੀ ਕਿੰਨਾ
ਮਾਸ਼ਾਅੱਲਾ ਜੀ ਇਹ ਕੱਟੀ ਤੇ 13 ਕਿਲੋ ਦੁੱਧ ਦੀ ਗਰੰਟੀ ਹੋਏਗੀ ਇਹ ਜ਼ਿਆਦਾ ਹੈ ਭਾਈ ਜਾ ਕੇ ਲਾਈਓ ਸੁਈਆ ਨਹੀਂ ਟੁੱਟਦੀ ਨਹੀਂ ਦੋਸਤੋ ਦਬਾਅ ਫੇਰ ਚੈੱਕ ਕਰਨਾ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਅੱਡੀ ਚੈੱਕ ਕਰਨੀ ਜੀ ਭਾਈ ਇਮਰਾਨ ਸਾਹਿਬ ਸਾਹਮਣੇ ਆ ਕੇ ਦੋਸਤਾਂ ਨੂੰ ਝੋਟੀ ਨੰਬਰ 2 ਦਾ ਵੀ ਰੇਟ ਦੇਣਾ ਬੱਚੇ ਤੋਂ ਬੱਚਾ ਤੇ ਅੰਦਰ ਛੱਡ ਆਇਓ ਤੇ ਉਹ ਤਾਂ ਜਾ ਫਿਰ ਅੱਗੇ ਲੈ ਆਉਣਾ ਹੈ ਨਾ ਕੀ ਉਹ ਚੱਲਾ ਸੀ ਇੱਥੇ ਬਣ ਲੈ ਜੀ ਭਾਈ ਇਮਰਾਨ ਸਾਹਿਬ ਭਾਈ ਫਰਾਦ ਜਿਹੜੇ ਭਰਾ ਨੂੰ ਇਹ ਝੋਟੀ ਪਸੰਦ ਆਵੇ 3,30,000 ਦੀ ਝੋਟੀ ਦੇ ਦਿੰਦੇ ਫਾਈਨਲ ਫਾਈਨਲ 3,30,000 ਦੀ ਦੁੱਧ ਸਭ ਤੋਂ ਬਹੁਤ ਆ ਇਹਦੇ ਕੋਲ ਠੀਕ ਹੈ ਇਹ ਬਟੀਆਂ ਦੀ ਤਾਂ ਗੱਲ ਹੀ ਹੋ ਰਹੀ ਨਾ ਲੋਏ ਦੋਸਤੋ ਲਿਬਾਸ ਫੇਰ ਚੈੱਕ ਕਰਨਾ ਮਾਸ਼ਾਅੱਲਾ ਜੀ ਕੀਮਤ 3,30,000 ਅੱਗੇ ਆ ਗਈ ਜੀ ਨੰਬਰ 3 ਤੇ ਪਹਿਲਾਂ ਨੇ ਜੀ ਅੱਜ ਪਹਿਲਾਂ ਦੀ ਮੂੰਹ ਛਿੱਗੀ 6 ਦੰਦੇ ਐਵੇਂ ਵੀ 5 ਕਲਿਆਣ ਮਾਰੋ ਹੋ ਜਾਤੀ 5 ਕਹਿ ਸਕਦੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਬੱਗੀ ਮੋਛੀ ਕਹਿ ਸਕਦੇ ਭਾਜੀ ਹਾਂ ਦੇਖ ਕੇ ਦੱਸਿਆ ਜਨਾਬ ਮੈਂ ਚਲੋ ਕਿੰਨੀ ਕਰ ਲਈ ਐ ਚੈੱਕ ਕਰੋ ਜੀ ਅਗਲੇ ਪੈਰ ਵੀ ਦੋਸਤਾਂ ਵੇਖ ਲੈਣੇ ਨੇ ਪਿਛਲੇ ਵੀ ਚਵੇਂ ਪੈਰ ਤੋਂ ਚੇ ਨੇ ਬੱਗੀ ਮੋਛੇ ਚਿਹਰਾ ਵੀ ਸਾਹਮਣੇ ਕਰੋ ਜੀ ਇਹਦਾ ਐਵੇਂ ਹੀ ਨਾ ਨਾ ਭਾਜੀ ਦੋਸਤੋ ਆ ਚੈੱਕ ਕਰੋ ਮਾਸ਼ਾਅੱਲਾ ਜੀ ਦੇਖ ਕੇ ਦੱਸਣਾ ਚਾਹੀਦਾ ਭਾਜੀ ਚਲੋ ਭਾਈ ਜਾਨ ਜੀ ਭਾਈ ਇਮਰਾਨ ਸਾਹਿਬ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਹੈ ਕੱਲ ਦੀ ਸੂਈ ਭਾਈ ਭਰਾ ਠੀਕ ਹੈ ਕੱਲ ਦੀ ਸੂਈ ਹੈ ਬੋਲੇ ਤੇ ਪਹਿਲਾਂ ਝੋਟੀ ਹੈ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ 3 ਤੇ 5 ਕਲਿਆਣ ਹੈ ਕਿੰਨੇ ਦੰਦ ਹੈ ਭਾਈ ਇਮਰਾਨ ਸਾਹਿਬ ਹੈ ਇਹ 6 ਦੰਦ ਹੈ ਛਿੱਗੀ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਇਹ ਕਿੰਨੀਆਂ ਚਵਾਈਆਂ ਦੀਆਂ ਹੋਈਆਂ ਨੇ ਚਵਾਈਆਂ ਦੀਆਂ 2 ਹੋ ਗਈਆਂ ਮੁਕੰਮਲ ਦੋ ਚਵਾਈਆਂ ਜੀ ਕਿੰਨਾ ਬੋਲਾ ਕੱਢਿਆ ਤਕਰੀਬਨ ਇਹਦੇ ਕੋਲ 10 ਕਿਲੋ ਦੀ ਗਰੰਟੀ ਦੇ ਸਕਦੇ ਇਸ ਟਾਈਮ ਬੋਲੇ ਠੀਕ ਹੈ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ ਚਿਹਰਾ ਦੋਸਤਾਂ ਫੇਰ ਚੈੱਕ ਕਰਨਾ ਪਿੱਛੇ ਜਾ ਕੀ ਹੈ ਜੀ ਕੱਟਾ ਪਿੱਛੇ ਦੇ ਕੱਟਾ ਦੋਸਤਾਂ ਵੀ ਚੈੱਕ ਕਰਨਾ ਝੋਟੀ ਨੰਬਰ 3 ਪਹਿਲਾਂ ਝੋਟੀ ਹੈ 5 ਕਲਿਆਣ ਥਾਣ ਵੀ ਦੋਸਤਾਂ ਚੈੱਕ ਕਰ ਲੈਣੇ ਨੇ ਮਾਸ਼ਾਅੱਲਾ ਜੀ ਕੱਲ ਦੀ ਸੂਈ ਹੈ 2 ਹੀ ਦੀਆਂ ਚਵਾਈਆਂ ਹੋਈਆਂ ਨੇ ਠੀਕ ਹੈ ਭਾਈ ਲੈ ਚਲੋ ਜੀ ਇਹ ਵੀ 6 ਦੰਦ ਪਿੱਛੇ ਦੇ ਕੱਟਾ ਦੋਸਤਾਂ ਵੀ ਚੈੱਕ ਕਰਨਾ ਲਿਬਾਸ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ ਇਹ ਬਟਨ ਵੀ ਦੋਸਤਾਂ ਵੇਖ ਲੈਣੇ ਨੇ ਜੀ ਭਾਈ ਇਮਰਾਨ ਸਾਹਿਬ ਝੋਟੀ ਨੰਬਰ 3 ਦਾ ਰੇਟ ਭਾਈ ਸਾਹਿਬ ਇਹ ਝੋਟੀ ਜਿਹੜੇ ਭਰਾ ਨੂੰ ਪਸੰਦ ਆਏ 3,50,000 ਦੀ ਝੋਟੀ ਦੇ ਦਿਆਂਗੇ 3,50,000 ਦੀ ਝੋਟੀ ਦੇ ਦਿਆਂਗੇ ਫਾਈਨਲ ਫਾਈਨਲ ਠੀਕ ਹੈ ਜੀ ਨੰਬਰ 3 ਤੇ ਅਸਲ ਤੇ ਇਹ ਚਵਾਈ ਇਹਦੀਆਂ 2 ਹੋਈਆਂ ਨੇ ਦੁੱਧ ਛੋ ਤੇ ਚੜੀ ਹੋਏਗੀ ਤੇ ਫਿਰ ਮਜ਼ੀਦ 10 ਰੁਪਏ ਰੇਟ ਦੁੱਧ ਨਾਲ ਹੀ ਲੱਗਣਾ ਨਾ ਅਜੇ ਜਿੰਨਾ ਦੁੱਧ ਉਸ ਹਿਸਾਬ ਨਾਲ ਹੀ ਤੁਹਾਨੂੰ ਰੇਟ ਵੀ ਦੇਖ ਲਿਆ 3,50,000 ਮਾਮੂਲੀ ਜਿਹਾ ਰੇਟ ਹੈ ਬਸ ਇਹਦਾ ਇਹਦਾ ਰੇਟ ਕੋਈ ਜਿਵੇਂ ਝੋਟੀ 4,00,000 ਦੀ ਅੱਗੇ ਭਾਈ ਲਿਆਓ ਜੀ ਨੰਬਰ 3 ਤੇ ਚੈੱਕ ਕਰਾਈ ਕੀਮਤ 3,50,000 3,25,000 ਅੱਗੇ ਮਾਸ਼ਾਅੱਲਾ ਜੀ ਇਹ 3 ਪਹਿਲਵਾਨ ਜਾਨਵਰ ਨੇ ਦੋਸਤਾਂ ਨੂੰ ਸ਼ੋਅ ਕਰਨ ਲਈ ਇਹਨਾਂ ਦਾ ਵੀ ਟੋਟਲ 6 ਮਾਸ਼ਾਅੱਲਾ ਜੀ ਮੱਝਾਂ ਨੇ 2 ਗਾਵਾਂ ਵੀ ਮੌਜੂਦ ਨੇ ਅੱਗੇ ਆ ਗਈ ਹੈ ਜੀ ਨੰਬਰ 4 ਤੇ ਭਾਈ ਨਵੀਰ ਸਾਹਿਬ ਅੱਧਰ ਲਿਆਓ ਜ਼ਰਾ ਅੱਧਰ ਲਵਾ ਲਓ ਚੱਕਰ ਲਿਆਓ ਜਾ ਲਿਆ ਹੁੰਦਾ ਤੁਰੇ ਦੀ ਹਾਂਜੀ ਲੋ ਜੀ ਦੋਸਤੋ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਦੋਵਾਂ ਅੱਖਾਂ ਦੀ ਰੰਗਤ ਸੇਮ ਜਿਸਮ ਤੇ ਪਛਮ ਵੀ ਚੈੱਕ ਕਰਨੀ ਹੈ
ਪਿਆਰੇ ਭਾਈ ਜਾ ਇੱਥੇ ਕਰੋ ਸਾਹਮਣੇ, ਜ਼ਰਾ ਸਿੱਧੀ ਕਰੋ ਭਾਈ ਇਨਵੀਰ ਸਾਹਿਬ ਜੀ। ਭਾਈ ਇਮਰਾਨ ਸਾਹਿਬ ਕਿੰਨਵਾਂ ਸੂਆ ਦਾ? ਭਾਈ ਫਰਾਜ਼ ਦੂਸਰਾ ਹੀ ਸੂਆ ਜੇ। ਸੂਆ ਦੂਸਰਾ ਮਾਸ਼ਾਅੱਲਾ ਜੀ, ਕਿਦਾਂ ਦੀ ਸੂਈ ਹੈ? ਸੂਈ ਨੂੰ ਤਕਰੀਬਨ ਚੌਥਾ ਦਿਨ ਵੀ ਅੱਜ। ਚੌਥਾ ਦਿਨ ਨੇ ਬੋਲੇ ਤੇ ਹੀ ਇਹ ਸੂਆ ਦੂਸਰਾ ਨੰਬਰ 4 ਤੇ ਆ ਗਈ। ਇਹ ਲਿਬਾਸ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਪਹਿਲਵਾਨ ਚੀਜ਼ ਦੇ ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ। ਭਾਈ ਇਮਰਾਨ ਸਾਹਿਬ ਕਿੰਨਾ ਕੁ ਬੋਲਿਆ ਤੇ ਕੋਲ? ਜ਼ਿਆਦਾ ਤੇ ਨਹੀਂ, ਚਲੋ ਆਂਦੇ ਹੈ ਜ਼ਿਆਦਾ ਵੇ, ਲੇਕਿਨ ਗਰੰਟੀ ਤੁਸੀਂ 15 ਸੇ ਵੀ ਦੇ ਸਕਦੇ ਹੋ ਜੀ। 15 ਕਿਲੋ ਜੀ, ਠੀਕ ਹੈ। ਪਿੱਛੇ ਦੇ ਕੱਟਾ ਦੋਸਤਾਂ ਵੀ ਚੈੱਕ ਕਰਨਾ, ਕਾਦਾਵਰ ਚੀਜ਼ ਦੇ ਜਿਸਮ ਤੇ ਪਛਮ ਵੀ ਚੈੱਕ ਕਰਨੀ। 4 ਕੁ ਦਿਨ ਹੋ ਗਏ ਨੇ ਸੂਆ ਦੂਸਰਾ ਸੂਈ ਹੈ, 15 ਲੀਟਰ ਇਹ ਬੋਲਾ ਗਰੰਟੀ ਹੈ, ਐ ਜ਼ਿਆਦਾ ਥਣ ਦੋਸਤਾਂ ਨੂੰ ਫਿਰ ਚੈੱਕ ਕਰਾਉਂਦੇ ਆ ਮਾਸ਼ਾਅੱਲਾ ਜੀ। ਜੀ ਭਾਈ ਇਮਰਾਨ ਸਾਹਿਬ, ਝੋਟੀ ਨੰਬਰ 4 ਦਾ ਰੇਟ? ਜਿਹੜੇ ਭਰਾ ਪਸੰਦ ਆਵੇ ਝੋਟੀ 4 ਲੱਖ ਤੇ 35,000 ਦੀ ਦੇਵਾਂਗੇ। 4,35,000 ਗਰੰਟੀ ਨਾਲ ਫੇਰ ਖੜਨੀ, ਠੀਕ ਹੈ। 15 ਲੀਟਰ ਤੋਂ ਦੁੱਧ ਵੱਧ ਦੇਵਾਂਗੇ ਇਨਸ਼ਾਅੱਲਾ ਇਹਦਾ, ਲੇਕਿਨ 15 ਦੀ ਗਰੰਟੀ ਦੇਵਾਂਗੇ, ਘਟੇਗਾ ਨਹੀਂ। ਜ਼ਿੰਦਾਬਾਦ। 4,35,000 ਨੰਬਰ 4 ਤੇ ਚੈੱਕ ਕਰਾਈ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ। ਚੰਗੀ ਸਿਹਤਮੰਦ ਪਹਿਲਵਾਨ, ਵੱਡੀ ਜਸਾਮਤ ਵਾਲਾ ਜਾਨਵਰ ਹੈ ਮਾਸ਼ਾਅੱਲਾ ਜੀ। ਚਿਹਰਾ ਵੀ ਦੋਸਤਾਂ ਵੇਖ ਲੈਣਾ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ, ਰਵੇਲ ਲਾਮ ਵੀ ਦੋਸਤਾਂ ਚੈੱਕ ਕਰਨੀ। ਜੀ ਭਾਈ ਇਮਰਾਨ ਸਾਹਿਬ ਕਿੰਨਵਾਂ ਸੂਆ ਦਾ? ਭਾਈ ਫਰਾਜ਼ ਦੂਸਰਾ ਸੂਆ, ਚਲੋ ਆਉਂਦੇ ਤੀਸਰਾ ਸੂਆ ਕਰ ਲਓ। ਸੂਆ ਤੀਸਰਾ ਨੰਬਰ 5 ਤੇ ਆ ਗਈ, ਲਿਬਾਸ ਵੀ ਦੋਸਤਾਂ ਚੈੱਕ ਕਰਨਾ ਤੇ ਪੁੱਠਾ ਵੇਖਣਾ ਮਾਸ਼ਾਅੱਲਾ ਜੀ। ਚੰਗੀ ਸਿਹਤਮੰਦ ਚੀਜ਼ ਹੈ ਚੌੜਾ ਪੁੱਠਾ, ਮੰਜੀ ਡਾ ਕੇ ਦੋਸਤਾਂ ਚੈੱਕ ਕਰਾ ਖੜੀ, ਮੰਜੀ ਡਾ ਕੇ ਜਨਾਬ ਕਰਾਓ ਚੈੱਕ ਕੇ ਆਉਣੇ ਦੇਖੋ, ਆਹ 4 ਫੁੱਟ ਪੁੱਠਾ ਚੌੜਾ ਦਾ ਮਾਸ਼ਾਅੱਲਾ ਜੀ। ਕਿਦਾਂ ਦੀ ਸੂਈ ਹੈ ਸਾਹਿਬ ਜੀ? ਇਹਨੂੰ ਸੂਈ ਨੂੰ ਤੀਸਰਾ ਦਿਨ ਦੀ ਅੱਜ, ਤੀਸਰਾ। ਬਾਈ ਨਵੀਂ ਇੱਧਰ ਲਿਆਓ ਜਰਾ ਖੁੱਲੀ ਜਗ੍ਹਾ ਤੇ, ਪਰਤਾ ਕੇ ਲਿਆਓ ਜੀ। ਚਲੋ ਜੀ, ਤੀਸਰਾ ਦਿਨ ਨੇ, ਸੂਆ ਵੀ ਤੀਸਰਾ ਹੈ, ਪਿੱਛੇ ਜਾ ਕੀ ਹੈ ਜੀ? ਚਲੋ ਬਾਈ ਜੀ, ਕੱਟੀ ਬਾਈ ਜੀ, ਪਿੱਛੇ ਤਾਂ ਕੱਟੀ ਮਾਸ਼ਾਅੱਲਾ ਜੀ। ਕਿੰਨਾ ਕੁ ਬੋਲਿਆ ਭਾਈ ਇਮਰਾਨ ਦੇ ਕੋਲ? ਭਾਈ ਫਰਾਜ਼, ਬਹੁਤ ਦੀਆਂ ਗੱਲਾਂ ਕਰਨ ਦਾ ਮਕਸਦ ਕੋਈ ਨਹੀਂ, ਜਾਂ ਬਹੁਤਾ ਦੱਸਣ ਦਾ ਮਕਸਦ ਕੋਈ ਨਹੀਂ, ਠੀਕ ਹੈ। ਜਿਹੜੇ ਭਰਾ ਨੂੰ ਚੰਗੀ ਲੱਗੇ ਆ ਕੇ ਤਸੱਲੀ ਕਰੇ, 16 ਸਿਰ ਪੱਕਾ 16 ਕਿਲੋ ਚੋਕ ਦਿਆਂ, ਠੀਕ ਹੈ। 16 ਕਿਲੋ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, ਸੂਆ ਤੀਸਰਾ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਨੰਬਰ 5 ਤੇ ਚੈੱਕ ਕਰਾਉਂਦੇ ਹਾਂ। ਪਹਿਲਵਾਨ ਸਿਹਤਮੰਦ ਚੀਜ਼ ਦੇ ਪੁੱਠਾ ਦੋਸਤਾਂ ਫਿਰ ਵੇਖਣਾ, ਲਿਬਾਸ ਚੈੱਕ ਕਰੋ ਤੇਈਬ ਸਾਹਿਬ। ਚੋਣ ਪਸਮਾ ਭਾਈ ਫਰਾਜ਼, ਦੁਨੀਆ ਤੋਂ ਵੱਖਰਾ ਹੋ ਗਿਆ ਇਹਦਾ ਬਾਈ। ਇੱਥੇ ਜ਼ਰਾ ਹੁਣ ਸਿੱਧੀ ਕਰਾਂ, ਦੋਸਤਾਂ ਨੂੰ ਲਾਮ ਵੀ ਚੈੱਕ ਕਰਾਈਏ, ਜ਼ਰਾ ਦੋਸਤਾਂ ਨੂੰ ਅੰਦਾਜ਼ਾ ਹੋਏ। ਲੋ ਦੋਸਤਾਂ ਚੈੱਕ ਕਰੋ ਜੀ, ਤੁਹਾਨੂੰ ਤਾਂ ਕਿਹਾ ਸੀ ਹੁਣ ਜਾਨਵਰ ਵੱਡੇ ਲਿਆਉਂਦੇ ਕੋਈ, ਇੱਥੇ ਰੱਖੋ ਫੀਤਾ ਰੱਖ ਲਓ ਨਾਲ, ਜ਼ਰਾ ਦੋਸਤਾਂ ਨੂੰ ਤਸੱਲੀ ਕਰਾ ਲਈਏ ਕਰੀਏ ਕੀ ਹਾਲ ਹੈ। ਉਨੀ ਵੀਹ ਦਾ ਫਰਕ ਪੈ ਜਾਂਦਾ, ਅਸੀਂ ਕਹਿੰਦੇ ਪੂਰਾ ਜਿਹੜਾ ਇੰਚਾਂ ਦੀ ਵੀ ਕਮੀ ਨਾ ਹੋਏ। ਵੇਖਣ ਵਾਲੇ ਭਰਾ ਬੜੇ ਸਿਆਣੇ ਜੇ, ਠੀਕ ਹੈ। ਟੋਰੋ ਭਾਈ ਜਾਨ, ਆ ਭਾਈ ਫਰਾਜ਼ ਜਿਹੜਾ ਦੁੱਧ ਦੱਸ ਰਿਹਾ ਵੀ ਇਨਸ਼ਾਅੱਲਾ ਗਰੰਟੀ ਨਾਲ ਪੂਰਾ ਕਰਕੇ ਦੇਵਾਂਗੇ ਇਨਸ਼ਾਅੱਲਾ ਸਰ। ਕਿਹੜੀਆਂ ਇੱਕ ਦਿਨ ਵੇਚਣੀਆਂ ਨੇ? ਇੱਕ ਦਿਨ ਵੇਚਣੀਆਂ ਹੋਣ ਫਿਰ ਤਾਂ ਬੰਦਾ ਕਰ ਲੇ, ਫਿਰ ਤਾਂ ਬੰਦਾ ਪਿਆ ਝੂਠ ਮਾਰੇ ਜਿੱਦ ਡੇਰੇਦਾਰੀ ਹੈ, ਕੋਈ ਹੋਇਆ ਵਾਦਾ ਘਾਟਾ ਤੇ ਹੀ ਮੌਜੂਦ ਆ ਜਨਾਬ। ਅਸੀਂ ਤਾਬੇਦਾਰ, ਜ਼ਿੰਦਾਬਾਦ ਜੀ ਭਾਈ ਇਮਰਾਨ ਸਾਹਿਬ। ਉਹ ਪਿਛਲੀ ਵੀਡੀਓ 'ਚ ਭਾਈ ਤਾਈ ਨੂੰ ਪਤਾ ਇੱਕ ਬੰਦਾ ਆਉਂਦਾ ਸੀ ਵੀ ਯਾਰ ਦੁੱਧ ਘੱਟ ਗਿਆ, ਮੈਂ 2 ਦਿਨ ਵੇਖ ਲਿਆ ਜੇ ਘੱਟ ਹੋਏਗਾ ਤਾਂ ਮੈਂ ਮੇਰੀ ਕਿਰਾਏ ਸਮੇਤ, ਉਹਨਾਂ ਦੁਬਾਰਾ ਕਾਲ ਹੀ ਨਹੀਂ ਕੀਤੀ, ਮੈਂ ਕਿਰਾਏ ਸਮੇਤ ਇਹ ਵੀ ਗੱਲ ਹੋਰ ਪਾ ਕੇ ਘੱਲਾਂਗਾ ਮੈਂ ਇੱਥੋਂ, ਬਿਲਕੁਲ ਉਹਨਾਂ ਨੇ ਵਾਪਸ ਪੁੱਛਿਆ। ਭਾਈ ਫਰਾਜ਼ ਜਿਹੜੇ ਭਰਾ ਨੂੰ ਇਹ ਝੋਟੀ ਪਸੰਦ ਆਏਗੀ ਨਾ, ਝੋਟੀ ਦੇ 5 ਲੱਖ ਦੀ 4.5 ਲੱਖ ਦੀ ਝੋਟੀ ਦੇ ਦਿਆਂਗੇ। 4,50,000, 4,50,000, ਠੀਕ ਹੈ। ਅੱਗੇ ਭਾਈ ਲੈ ਆਓ ਜੀ, ਇਹ ਨੰਬਰ 5 ਤੇ ਚੈੱਕ ਕਰਾਈਏ ਮਾਸ਼ਾਅੱਲਾ ਜੀ। ਕੀਮਤ 4.5 ਲੱਖ, 4,50,000 ਅੱਗੇ ਆ ਗਈ ਮਾਸ਼ਾਅੱਲਾ ਜੀ। ਨੰਬਰ 6 ਤੇ ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ, ਇਹ ਗੱਭਾ ਨੇ ਜੀ। ਟੋਰੇ ਭਾਈ ਨਵੀਂ ਸਾਹਿਬ,
ਤਿੰਨ ਜਾਨਵਰ ਵੱਡੀ ਜਸਾਮਤ ਵਾਲੇ ਨੇ ਦਿਨ ਕਿੰਨੇ ਲੈ ਰਹੀ ਹੈ ਭਾਈ ਇਮਰਾਨ ਸਾਹਿਬ? ਸੱਤ ਅੱਠ ਦਿਨ ਲੈਂਦੀ ਹੈ ਲਿਬਾਸ ਮਾਸ਼ਾਅੱਲਾ ਜੀ, ਪਿਛਲੀ ਸਾਈਡ ਤੇ ਵਾਜਿਆ ਨਜ਼ਰ ਆ ਰਿਹਾ, ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣਾ। ਪਿਆਰਾ ਭਾਈ ਇੱਥੇ ਕਰੋ ਜੀ, ਸੁਬਾ ਦੂਸਰਾ ਦੱਸਿਆ ਜੀ, ਲਾਮ ਹਾਈਟ ਦੋਸਤਾਂ ਦੇ ਸਾਹਮਣੇ ਕੈਮਰੇ ਚ ਮੁਕੰਮਲ ਨਜ਼ਰ ਆ ਰਹੀ ਹੈ। ਥਾਣ ਵੀ ਦੋਸਤਾਂ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ, ਤੇ ਥਾਣਾ ਦੀ ਵੰਡ ਵੀ ਵੇਖ ਲੈਣੀ ਹੈ। ਝੋਟੀ ਨੰਬਰ 6 ਚਲਾ ਭਾਈ, ਇਹਦਾ ਚੈੱਕ ਕਰਾ ਦਿਓ ਜੀ। ਗਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਬੱਗੀ ਮੁੱਛ। ਠੀਕ ਹੈ ਭਾਈ ਨਵੀਰ ਸਾਹਿਬ, ਹੈ ਵੀ ਸਿਹਤਮੰਦ ਦੇ, ਪੁੱਠਾ ਵੀ ਦੋਸਤਾਂ ਚੈੱਕ ਕਰਾਉਣਾ ਜੀ। ਲਿਬਾਸ ਸੋਹਣਾ ਕਰਦੀ ਵੀ ਮਾਸ਼ਾਅੱਲਾ ਜੀ। ਜੀ ਭਾਈ ਇਮਰਾਨ ਸਾਹਿਬ, 8 ਦਿਨ ਇਹ ਝੋਟੀ ਨੇ ਕੱਢ ਜਾਣੇ ਤੇ ਇੰਨੀ ਹੋਰ ਬਣ ਜਾਣੀ ਹੈ। ਠੀਕ ਹੈ ਤੇ ਭਾਈ ਫਰਾਜ, ਇਹ ਗੱਬਣ ਇਹਦੇ ਗੱਬਣ ਦਾ ਰੇਟ ਮੈਂ ਨਾ ਰਹਿਣ ਹੀ ਦਿੰਦੇ ਹਾਂ, ਫੋਨ ਤੇ ਰਾਬਤਾ ਕਰ ਲਾਂਗੇ। ਦੋਸਤ ਕਰਨ ਦੇ ਜਾਂ ਤੁਸੀਂ ਕਰ ਲਓ? ਚਲੋ ਦੋਸਤੀ ਕਰਨਾ ਤੇ ਦੋਸਤਾਂ ਹੀ ਅਸੀਂ, ਉਹਨਾਂ ਦੇ ਤਾਬੇਦਾਰ ਆਂਗੇ। ਚਲੋ ਇਹ ਸ਼ੋਕੀਆ ਚੀਜ਼ ਕੱਚੀ ਹੈ, ਲੇਕਿਨ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਭਾਈ, ਇਹਨਾਂ ਦੇ ਨੰਬਰ ਸਕਰੀਨ 'ਤੇ ਆ ਰਹੇ ਨੇ, ਦੋਸਤ ਰਾਬਤਾ ਕਰ ਸਕਦੇ ਨੇ। ਅੱਗੇ ਆਓ ਜੀ, ਗਾਵਾਂ ਤੋਂ ਸ਼ੁਰੂ ਕਰੋ। ਦੋ ਹੀ ਗਾਵਾਂ ਨੇ ਮਾਸ਼ਾਅੱਲਾ ਜੀ, ਨੰਬਰ 1 'ਤੇ ਹੀ ਚੈੱਕ ਕਰਾਉਣੀ। ਥਣ ਦੋਸਤਾਂ ਵੇਖਣੇ ਨੇ, ਕਾਲੇ ਪਾਵਰਫੁੱਲ ਥਣ ਲੱਗੇ ਨੇ ਮਾਸ਼ਾਅੱਲਾ ਜੀ। ਲਿਬਾਸ ਦੋਸਤਾਂ ਚੈੱਕ ਕਰ ਲੈਣਾ। ਲਿਬਾਸ ਵੀ ਚੰਗਾ ਕੀਤਾ। ਸੁਬਾ ਕਿੰਨਵਾਂ ਸੂਈ ਹੈ ਭਾਈ ਇਮਰਾਨ ਸਾਹਿਬ? ਦੂਸਰਾ ਸੁਬਾ ਸੂਈ ਹੈ ਮਾਸ਼ਾਅੱਲਾ ਜੀ। ਕਿੰਨਾ ਬੋਲਾ ਦੇ ਰਹੀ ਹੈ ਦੁੱਧ? ਇਹਦੇ ਕੋਲ ਵੀ ਬੋਲੇ ਦੀ ਇਸ ਟਾਈਮ 15 ਸਿਰ ਦੀ ਗਰੰਟੀ ਦੇ ਸਕਦੇ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 15 ਕਿਲੋ। ਤੇ ਫਿਰ ਉੱਥੇ ਬੱਚੇ ਤੇ ਕਰੋ ਜੀ। ਜੀ ਜੀ, ਸ਼ਰਾਫਤ ਚੈੱਕ ਕਰਾਣੀ? ਸ਼ਰਾਫਤ ਤੁਹਾਨੂੰ ਮੈਂ ਚੈੱਕ ਕਰਾਵਾਂ ਇਹਦੀ। ਠੀਕ ਹੈ ਲੋ ਜੀ ਦੋਸਤੋ, ਲਿਬਾਸ ਵੀ ਚੈੱਕ ਕਰਨਾ, ਸੁਬਾ ਦੂਸਰਾ ਤੇ ਬੋਲੇ ਤੇ ਤੀਸਰਾ ਦਿਨ ਨੇ। 15 ਲੀਟਰ ਬੋਲੇ ਦੀ ਗਰੰਟੀ ਹੈ ਪਿੱਛੇ ਬੱਚਾ ਜੀ। ਬੱਚਾ ਹੈਗਾ ਭਾਈ ਫਰਾਜ, ਜਿਸ ਤਰ੍ਹਾਂ ਮਰਜ਼ੀ ਕੋ ਗੱਡੀ ਬਾਤੀ ਨਹੀਂ, ਐਂਜੀ ਬਹਿ ਜਾਣਾ ਥੱਲੇ ਐਂਜੀ। ਠੀਕ ਹੈ ਠੀਕ ਹੈ, ਕੋਈ ਟੈਨਸ਼ਨ ਨਹੀਂ, ਕਿਸੇ ਵੰਗਾ ਪਾਓ ਨਾ ਪਾਓ ਕੋਈ ਟੈਨਸ਼ਨ ਨਹੀਂ। ਸਭ ਤੋਂ ਵੱਡੀ ਗੱਲ ਇਹ ਹੈ ਜੀ, ਸ਼ਰਾਫਤ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ। ਪਿੱਛੇ ਦੇ ਬੱਚਾ ਨਾੜੂ ਸਾਹਮਣੇ ਨਜ਼ਰ ਆ ਰਿਹਾ ਮਾਸ਼ਾਅੱਲਾ ਜੀ, ਨਸਲ ਦੱਸੋ ਤੇ ਦੋਸਤੋ ਖੁਦ ਫੈਸਲਾ ਕਰਨ। ਉਹ ਤੁਹਾਨੂੰ ਪਤਾ ਹੀ ਅਸੀਂ ਦੱਸਦੇ ਨਹੀਂ ਲੋਕੀ ਆਪ ਹੀ। ਆ ਚੋਲਸਤਾਨੀ ਕ੍ਰਾਸ ਚ ਲੱਗਦੀ ਹੈ ਬਈ, ਤੇ ਅੱਲਾ ਹੈ ਰੱਖੀ ਨਹੀਂ ਕਿ ਬਰੀਡ ਛੀ ਹੈ, ਗਰਮੀ ਦਾ ਵੀ ਕੋਈ ਹੌਲ ਪਾਰ ਨਹੀਂ ਹੁੰਦਾ, ਗਰਮੀ ਵਾਲਾ ਕੋਈ ਚੱਕਰ ਨਹੀਂ। ਜੀ ਭਾਈ ਇਮਰਾਨ ਸਾਹਿਬ, ਇਹ ਗਾਂ ਨੰਬਰ 1 ਦਾ ਰੇਟ ਭਾਈ ਫਰਾਜ, ਇਹਦਾ 2.5 ਲੱਖ ਰੁਪਏ ਰੇਟ, 2,50,000 ਦੁੱਧ 15 ਕਿਲੋ। ਠੀਕ ਹੈ, ਪਿੱਛੇ ਦੇ ਬੱਚਾ ਕੀਮਤ 2,50,000। ਥਾਨ ਦੋਸਤਾਂ ਫੇਰ ਚੈੱਕ ਕਰ ਲੈਣੇ ਨੇ ਮਾਸ਼ਾਅੱਲਾ ਜੀ। ਅੱਗੇ ਲਿਆਓ ਜੀ, ਲਿਬਾਸ ਚੰਗਾ ਕੀਤਾ ਹੈ ਵੀ ਕਦਾਵਰ, 4 ਦੰਦ ਪਹਿਲਨ ਵੈੜ ਹੈ ਮਾਸ਼ਾਅੱਲਾ ਜੀ। ਕਿੰਨਾ ਕੁ ਦੁੱਧ ਹੈ ਭਾਈ ਇਮਰਾਨ ਸਾਹਿਬ ਦੇ ਕੋਲ? 16-17 ਠੀਕ ਹੈ, ਹੁਣ 16 ਕਿਲੋ ਦੀ ਹੈ ਕੋਈ ਗਰੰਟੀ? 16 ਸਿਰ ਦੀ ਗਰੰਟੀ। ਠੀਕ ਹੈ, ਇਹ ਚਿਹਰੇ ਦੀ ਬਰੀਕੀ ਵੇਖਣੀ ਮਾਸ਼ਾਅੱਲਾ ਜੀ, ਇਹ ਬਰੀਕ ਚਿਹਰਾ, ਛੋਟਾ ਪਿੱਛੇ ਜਾ ਕੇ ਬੱਚਾ, ਬੱਚਾ ਵੀ ਸਿਹਤਮੰਦ ਮਾਸ਼ਾਅੱਲਾ ਜੀ। ਵੈੜ ਨੰਬਰ 2 ਪਹਿਲਨ 4 ਦੰਦ 16 ਕਿਲੋ ਦੁੱਧ ਦੀ ਗਰੰਟੀ ਹੋਏ ਜੀ। ਸੁਆ ਪਹਿਲਾਂ ਸੂਈ ਹੈ ਪਿੱਛੇ ਦੇ ਬੱਚਾ, ਤੇ ਮਾਸ਼ਾਅੱਲਾ ਜੀ ਲਿਬਾਸ ਚੰਗਾ ਕੀਤਾ ਹੈ ਵੀ ਕਰਦਾ ਬਰੇ ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ?
ਪਹਿਲੇ ਨੰਬਰ ਤੇ ਤੁਹਾਨੂੰ ਇਹ ਦੱਸਾਂ ਵੀ ਜਿਹੜੀ ਵੀਡੀਓ ਬਣਾਉਂਦਾ ਪ੍ਰੋਗਰਾਮ ਦੀ ਉਹ ਵੀਡੀਓ ਜੀ ਦੱਸਣਾ ਸੀ ਵੀਡੀਓ ਜੀ ਦੱਸ ਦਿੰਦੇ ਹਾਂ ਠੀਕ ਹੈ ਉਹ ਗੱਲ ਇਹ ਸੀ ਭਾਈ ਫਰਾਜ਼ ਕਿ ਮੇਰੇ ਨਾਲ ਵਾਲਦ ਸਾਹਿਬ ਦੀ ਤਬੀਅਤ ਬਹੁਤ ਹੀ ਖਰਾਬ ਹੋ ਗਈ ਜੀ ਜੀ ਠੀਕ ਹੈ ਤੇ ਮਾਲ ਆਇਆ ਦਾ ਸੀ ਤੇ ਮੇਰਾ ਪ੍ਰੋਗਰਾਮ ਇਹ ਚਲੋ ਵੀਡੀਓ ਬਣਾ ਕੇ ਮਾਲ ਵੇਚ ਕੇ ਤੇ ਫਿਰ ਹੀ ਮੈਂ ਉੱਧਰ ਕਦੋਤਰਾ ਦੇ ਨਾਲ ਮੇਰਾ ਉਹ ਕੰਮ ਵਾਹਵਾ ਸਾਰਾ ਨਾ ਚੌੜ ਹੋਇਆ ਦਾ ਖਰਾਬ ਹੋਇਆ ਦਾ ਉਹਨਾਂ ਨੇ ਦਿਮਾਗ ਨੂੰ ਫਾਲੇ ਦਾ ਅਟੈਕ ਆਇਆ ਦਾ ਠੀਕ ਹੈ ਚਲੋ ਅੱਲਾ ਸਿਹਤ ਦੇ ਜੀ ਹਸਪੀਟਲ ਨੇ ਤੇ ਭਰਾਵਾਂ ਅੱਗੇ ਵੀ ਤੇ ਰਿਕੁਐਸਟ ਹੈ ਕਿ ਉਹਨਾਂ ਦੀ ਸਿਹਤਯਾਬੀ ਵਾਸਤੇ ਦੁਆ ਕਰੋ ਮਿਹਰਬਾਨੀ ਸਾਡੇ ਇੱਕ ਦੋਸਤ ਨੇ ਰਾਣਾ ਵਕਾਰ ਸਾਹਿਬ ਮਾਸ਼ਾਅੱਲਾ ਸਾਡੇ ਕੋਲ ਵੀਡੀਓ ਬਣਵਾਉਂਦੇ ਨੇ ਉਹ ਵੀ ਬਿਮਾਰ ਨੇ ਤੇ ਦੋਸਤ ਮਾਸ਼ਾਅੱਲਾ ਜੀ ਉਹਨਾਂ ਦੇ ਹੱਕ 'ਚ ਵੀ ਦੁਆ ਕਰਦੇ ਨੇ ਤੇ ਆ ਭਾਈ ਇਮਰਾਨ ਸਾਹਿਬ ਦੇ ਵਾਲਦ ਸਾਹਿਬ ਵੀ ਬਿਮਾਰ ਨੇ ਤੇ ਉਹਨਾਂ ਵਾਸਤੇ ਵੀ ਦੋਸਤ ਦੁਆ ਕਰਨ ਇਹ ਰਾਤੀ ਹੋਈ ਇਹ ਅਚਾਨਕ ਹੀ ਇਹ ਕੰਮ ਹੋਇਆ ਤੇ ਸਵੇਰ ਹਸਪਤਾਲ ਲੈ ਗਏ ਆ ਤੇ ਮੈਂ ਸਿਰਫ ਇਹਨਾਂ ਵਾਸਤੇ ਤੇ ਖਲੋਤਾ ਬਾਕੀ ਸਾਰੇ ਜੀ ਸਾਡੇ ਉੱਥੇ ਨੇ ਚਲੋ ਸਰ ਫਿਰ ਵੇਖੋ ਨਾ ਉੱਥੇ ਵੀ ਪੈਸੇ ਲੱਗਣੇ ਨੇ ਤੇ ਨਾਲ ਅਗਰ ਇਹਨੂੰ ਵੀ ਛੱਡ ਛੜੀਏ ਤੇ ਨਿਜ਼ਾਮ ਨਹੀਂ ਚੱਲਦਾ ਚਲੋ ਇਹ ਮਾਲ ਜੋ ਆਇਆ ਦਾ ਤੇ ਮੈਂ ਚਲੋ ਇਹ ਵੀਡੀਓ ਬਣਾ ਕੇ ਤੇ ਫਿਰ ਅੱਲਾ ਖੈਰ ਚਲੋ ਸਰ ਕੋਈ ਨਹੀਂ ਲਾਹਿਆ ਰਿਹਾ ਗੱਲ ਸੀ ਭਾਜੀ ਨਹੀਂ ਤੇ ਸਾਡਾ ਟਾਈਮ ਮੰਗਲ ਦਾ ਹੀ ਹੈ ਠੀਕ ਹੈ ਸਰ ਠੀਕ ਹੈ ਤੇ ਬਾਕੀ ਸਾਰੇ ਸਾਰੇ ਟਾਈਮ ਵੀ ਤੁਹਾਡੇ ਨੇ ਜਨਾਬ ਅਸੀਂ ਤਾਬਿਆਦਾਰਾਂ ਭਾਜੀ ਤੁਹਾਡੇ ਵੀ ਤੇ ਵੇਖਣ ਸੁਣਨ ਵਾਲਿਆਂ ਦੇ ਵੀ ਜੀ ਭਾਈ ਇਮਰਾਨ ਸਾਹਿਬ ਬਹੁਤ ਸ਼ੁਕਰੀਆ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼